ਸਵਾਗਤ ਹੈ ਦੋਸਤੋ ਤੁਹਾਡਾ ਫੈਕਟ ਨਿਊਜ਼ 'ਤੇ। ਮੈਂ ਮਨੀਸ਼ ਕੁਮਾਰ, ਇਸ ਵਕਤ ਮੇਰੇ ਨਾਲ ਹਰਦੀਪ ਸਿੰਘ ਕਲੇਰ ਸਰ। ਅੱਜ ਤੁਸੀਂ ਮੁੱਖ ਚੋਣ ਅਫਸਰ ਨੂੰ ਮਿਲਿਓ, ਕੀ ਗੱਲਬਾਤ? ਦੇਖੋ, ਅਸੀਂ ਚੀਫ ਇਲੈਕਟੋਰਲ ਆਫਿਸ ਪੰਜਾਬ ਸਾਹਿਬ ਨੂੰ ਅੱਜ ਮਿਲੇ ਹਾਂ। ਇੱਕ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਦਿੱਤੀ ਹੈ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ ਦੇ ਖਿਲਾਫ਼, ਜਿਹੜੇ ਕਿ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ, ਔਰ ਮਨੋਰਟੀ ਕਮਿਸ਼ਨ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਮਨੋਰਟੀਜ਼ ਦੇ ਲਈ ਕੰਮ ਕਰਦਾ, ਜਿੱਦਾਂ ਮੈਂਬਰ PPSC ਹੋਣ, ਚੇਅਰਮੈਨ PPSC ਹੋਣ, ਜਿੱਦਾਂ ਜੱਜ ਸਾਹਿਬਾਨ ਹੁੰਦੇ। ਇਹ ਪੋਲੀਟੀਕਲ ਐਕਟੀਵਿਟੀਜ਼ 'ਚ ਇਨਵੋਲਵ ਨਹੀਂ ਹੁੰਦੇ, ਪਰ ਲਾਲਪੁਰਾ ਸਾਹਿਬ ਪੰਜਾਬ ਤੋਂ ਆਉਂਦੇ ਨੇ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸਾ ਇੰਟਰਸਟ ਰੱਖਦੇ ਨੇ, ਅਤੇ ਪੰਜਾਬ ਤੋਂ ਜਦੋਂ ਵੀ ਕਿਸੇ ਵੱਡੇ ਲੀਡਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਾਉਣਾ ਤਾਂ ਲਾਲਪੁਰਾ ਸਾਹਿਬ ਉੱਥੇ BJP ਦੇ ਮੁਖਿਆਲੇ ਹਾਜ਼ਰ ਰਹਿੰਦੇ। ਤੁਸੀਂ ਇੱਕ ਫੋਟੋ ਵੀ ਲੈ ਕੇ ਆਏ ਹੋ ਅਤੇ ਤੁਸੀਂ ਉਹ ਦਿਖਾ ਰਹੇ ਸੀਗੇ, ਉਹਦੇ ਦਿਖਾਓ ਕੀ ਉਸਦੀ? ਮੈਂ ਦਿਖਾ ਦਿੰਦਾ ਜੀ। ਉਹਦੇ 'ਚ ਕੀ ਹੈ ਕਿ ਹੁਣ ਮਹਾਰਾਣੀ ਪ੍ਰਨੀਤ ਕੌਰ, ਜਿਹੜੇ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਨੇ, ਉਹ ਪਿਛਲੇ ਦਿਨੀ BJP ਜੁਆਇਨ ਕਰਦੇ ਨੇ ਪਿਛਲੇ ਹਫ਼ਤੇ, ਅਤੇ ਉਹਨਾਂ ਦੇ ਜਦੋਂ ਜੁਆਇਨਿੰਗ ਹੁੰਦੀ ਹੈ ਤਾਂ ਉੱਥੇ ਵੀ ਲਾਲਪੁਰਾ ਸਾਹਿਬ ਹਾਜ਼ਰ ਨੇ, ਆਹ ਲਾਲਪੁਰਾ ਸਾਹਿਬ ਖੜ੍ਹੇ ਨੇ। ਤਾਂ ਸਾਡਾ ਤਾਂ ਸਵਾਲ ਇਹ ਹੈ ਕਿ ਅਗਰ ਕੋਈ ਬੰਦਾ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠਾ, ਕੀ ਇਹ ਇਸ ਤਰੀਕੇ ਇੱਕ ਪੋਲੀਟੀਕਲ ਪਾਰਟੀ ਦੇ ਫਾਇਦੇ ਲਈ ਕੰਮ ਕਰ ਰਹੇ ਨੇ? ਤਨਖਾਹ ਇਹਨਾਂ ਨੂੰ ਭਾਰਤ ਸਰਕਾਰ ਦਿੰਦੀ ਹੈ, ਪਰਕਸ ਇਹ ਭਾਰਤ ਸਰਕਾਰ ਤੋਂ ਲੈਂਦੇ ਨੇ, ਅਤੇ ਕੰਮ ਇੱਕ ਪੋਲੀਟੀਕਲ ਪਾਰਟੀ ਦਾ ਅਗਰ ਕਰਦੇ ਨੇ ਤਾਂ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ, ਇਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਤੁਸੀਂ ਅੱਜ ਮਿਲੇ ਹੋ ਤਾਂ ਉਹਨਾਂ ਨੂੰ ਕੀ ਆਸ਼ਵਾਸਨ ਦਿੱਤਾ? ਉਹ ਕਹਿੰਦੇ ਕਿ ਇਸ ਮਸਲੇ ਦੀ ਜਾਂਚ ਕਰਾਂਗੇ, ਜਾਂਚ ਕਰਕੇ ਇਹਦੇ 'ਚ ਜੋ ਵੀ ਉਹਨਾਂ ਦਾ ਜਵਾਬ ਤਲਬ ਕਰਨਾ, ਜੋ ਵੀ ਕਰਨਾ ਅਸੀਂ ਕਰਾਂਗੇ। ਟਿਕਟਾਂ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕਿਹਨੂੰ ਕਿਹਨੂੰ ਕਿੱਥੋਂ ਕਿੱਥੋਂ ਸਰ? ਦੇਖੋ, ਰਾਜਨੀਤੀ ਦੇ ਵਿੱਚ ਟਿਕਟ ਉਸੇ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹਨੂੰ ਲੋਕ ਚਾਹੁੰਦੇ ਹੋਣ, ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਲਗਾਤਾਰ ਕੱਲ੍ਹ ਵੀ ਪਾਰਟੀ ਦਫ਼ਤਰ ਦੇ ਵਿੱਚ ਹਾਜ਼ਰ ਸੀ, 1-to-1 ਕਰ ਰਹੇ ਸੀ। ਉੱਥੋਂ ਦੇ ਜਿਹੜੇ ਲੋਕਲ ਉਸ ਕੌਂਸਟੀਟੂਐਂਸੀਆਂ ਦੇ ਲੀਡਰ ਸਾਹਿਬਾਨ ਨੇ, ਜਿਹੜੇ ਕੋਈ MLA ਉੱਥੋਂ ਪਹਿਲਾਂ ਕੰਟੈਸਟ ਕੀਤੇ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ, ਔਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਬ ਪ੍ਰਮਾਣਿਤ ਚਿਹਰਾ ਹਰ ਇੱਕ ਕੌਂਸਟੀਟੂਐਂਸੀ 'ਚ ਦਿੱਤਾ ਜਾਵੇ। ਸੋ ਅੱਜ ਵੀ ਉਹ ਮੀਟਿੰਗਾਂ ਦਾ ਦੌਰ ਜਾਰੀ ਹੈ, ਅਤੇ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਐਲਾਨ ਦੇ। ਇਹ ਸੀਗੇ ਸਾਡੇ ਨਾਲ ਸੁਰਜੀਤ ਸਿੰਘ ਕਲੇਰ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਜਿਹੜੀ ਕੰਪਲੇਂਟ ਹੈਗੀ ਆ ਉਹ ਦਿੱਲੀ ਤੱਕ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਹਰਿੰਦਰ ਦੇ ਨਾਲ ਮਨੀਸ਼ ਕੁਮਾਰ ਦੀ। ਸਵਾਗਤ ਹੈ ਦੋਸਤੋ ਤੁਹਾਡਾ ਫੈਕਟ ਨਿਊਜ਼ 'ਤੇ। ਮੈਂ ਮਨੀਸ਼ ਕੁਮਾਰ, ਇਸ ਵਕਤ ਮੇਰੇ ਨਾਲ ਹਰਦੀਪ ਸਿੰਘ ਕਲੇਰ ਸਰ। ਅੱਜ ਤੁਸੀਂ ਮੁੱਖ ਚੋਣ ਅਫਸਰ ਨੂੰ ਮਿਲਿਓ, ਕੀ ਕਹਿਣਾ ਚਾਹੋਗੇ, ਕੀ ਗੱਲਬਾਤ ਤੁਹਾਡੀ ਉਹਦੇ ਨਾਲ? ਦੇਖੋ, ਅਸੀਂ ਚੀਫ ਇਲੈਕਟੋਰਲ ਆਫਿਸ ਪੰਜਾਬ ਸਾਹਿਬ ਨੂੰ ਅੱਜ ਮਿਲੇ ਹਾਂ। ਇੱਕ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਦਿੱਤੀ ਹੈ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ ਦੇ ਖਿਲਾਫ਼, ਜਿਹੜੇ ਕਿ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ, ਔਰ ਮਨੋਰਟੀ ਕਮਿਸ਼ਨ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਮਨੋਰਟੀਜ਼ ਦੇ ਲਈ ਕੰਮ ਕਰਦਾ, ਜਿੱਦਾਂ ਮੈਂਬਰ PPSC ਹੋਣ, ਚੇਅਰਮੈਨ PPSC ਹੋਣ, ਜਿੱਦਾਂ ਜੱਜ ਸਾਹਿਬਾਨ ਹੁੰਦੇ। ਇਹ ਪੋਲੀਟੀਕਲ ਐਕਟੀਵਿਟੀਜ਼ 'ਚ ਇਨਵੋਲਵ ਨਹੀਂ ਹੁੰਦੇ, ਪਰ ਲਾਲਪੁਰਾ ਸਾਹਿਬ ਪੰਜਾਬ ਤੋਂ ਆਉਂਦੇ ਨੇ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸਾ ਇੰਟਰਸਟ ਰੱਖਦੇ ਨੇ, ਅਤੇ ਪੰਜਾਬ ਤੋਂ ਜਦੋਂ ਵੀ ਕਿਸੇ ਵੱਡੇ ਲੀਡਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਾਉਣਾ ਤਾਂ ਲਾਲਪੁਰਾ ਸਾਹਿਬ ਉੱਥੇ BJP ਦੇ ਮੁਖਿਆਲੇ ਹਾਜ਼ਰ ਰਹਿੰਦੇ। ਤੁਸੀਂ ਇੱਕ ਫੋਟੋ ਵੀ ਲੈ ਕੇ ਆਏ ਹੋ ਅਤੇ ਤੁਸੀਂ ਉਹ ਦਿਖਾ ਰਹੇ ਸੀਗੇ, ਉਹਦੇ ਦਿਖਾਓ ਕੀ ਉਸਦੀ? ਮੈਂ ਦਿਖਾ ਦਿੰਦਾ ਜੀ। ਉਹਦੇ 'ਚ ਕੀ ਹੈ ਕਿ ਹੁਣ ਮਹਾਰਾਣੀ ਪ੍ਰਨੀਤ ਕੌਰ, ਜਿਹੜੇ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਨੇ, ਉਹ ਪਿਛਲੇ ਦਿਨੀ BJP ਜੁਆਇਨ ਕਰਦੇ ਨੇ ਪਿਛਲੇ ਹਫ਼ਤੇ, ਅਤੇ ਉਹਨਾਂ ਦੇ ਜਦੋਂ ਜੁਆਇਨਿੰਗ ਹੁੰਦੀ ਹੈ ਤਾਂ ਉੱਥੇ ਵੀ ਲਾਲਪੁਰਾ ਸਾਹਿਬ ਹਾਜ਼ਰ ਨੇ, ਆਹ ਲਾਲਪੁਰਾ ਸਾਹਿਬ ਖੜ੍ਹੇ ਨੇ। ਤਾਂ ਸਾਡਾ ਤਾਂ ਸਵਾਲ ਇਹ ਹੈ ਕਿ ਅਗਰ ਕੋਈ ਬੰਦਾ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠਾ, ਕੀ ਇਹ ਇਸ ਤਰੀਕੇ ਇੱਕ ਪੋਲੀਟੀਕਲ ਪਾਰਟੀ ਦੇ ਫਾਇਦੇ ਲਈ ਕੰਮ ਕਰ ਰਹੇ ਨੇ? ਤਨਖਾਹ ਇਹਨਾਂ ਨੂੰ ਭਾਰਤ ਸਰਕਾਰ ਦਿੰਦੀ ਹੈ, ਪਰਕਸ ਇਹ ਭਾਰਤ ਸਰਕਾਰ ਤੋਂ ਲੈਂਦੇ ਨੇ, ਅਤੇ ਕੰਮ ਇੱਕ ਪੋਲੀਟੀਕਲ ਪਾਰਟੀ ਦਾ ਅਗਰ ਕਰਦੇ ਨੇ ਤਾਂ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ, ਇਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਤੁਸੀਂ ਅੱਜ ਮਿਲੇ ਹੋ ਤਾਂ ਉਹਨਾਂ ਨੂੰ ਕੀ ਆਸ਼ਵਾਸਨ ਦਿੱਤਾ? ਉਹ ਕਹਿੰਦੇ ਕਿ ਇਸ ਮਸਲੇ ਦੀ ਜਾਂਚ ਕਰਾਂਗੇ, ਜਾਂਚ ਕਰਕੇ ਇਹਦੇ 'ਚ ਜੋ ਵੀ ਉਹਨਾਂ ਦਾ ਜਵਾਬ ਤਲਬ ਕਰਨਾ, ਜੋ ਵੀ ਕਰਨਾ ਅਸੀਂ ਕਰਾਂਗੇ। ਟਿਕਟਾਂ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕਿਹਨੂੰ ਕਿਹਨੂੰ ਕਿੱਥੋਂ ਕਿੱਥੋਂ ਸਰ? ਦੇਖੋ, ਰਾਜਨੀਤੀ ਦੇ ਵਿੱਚ ਟਿਕਟ ਉਸੇ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹਨੂੰ ਲੋਕ ਚਾਹੁੰਦੇ ਹੋਣ,
ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਲਗਾਤਾਰ ਕੱਲ ਵੀ ਪਾਰਟੀ ਦਫਤਰ ਦੇ ਵਿੱਚ ਹਾਜ਼ਰ ਸੀ, 1-to-1 ਕਰ ਰਹੇ ਸੀ। ਉੱਥੋਂ ਦੇ ਜਿਹੜੇ ਲੋਕਲ ਉਸ ਕੌਂਸਟੀਟੂਐਂਸੀਆਂ ਦੇ ਲੀਡਰ ਸਾਹਿਬਾਨ ਨੇ, ਜਿਹੜੇ ਕੋਈ MLA ਉੱਥੋਂ ਪਹਿਲਾਂ ਕੰਟੈਸਟ ਕੀਤੇ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਔਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਬ ਪ੍ਰਮਾਣਿਤ ਚਿਹਰਾ ਹਰ ਇੱਕ ਕੌਂਸਟੀਟੂਐਂਸੀ 'ਚ ਦਿੱਤਾ ਜਾਵੇ। ਸੋ ਅੱਜ ਵੀ ਉਹ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਐਲਾਨਦੇ। ਤਾਂ ਇਹ ਸੀਗੇ ਸਾਡੇ ਨਾਲ ਸੁਰਜੀਤ ਸਿੰਘ ਕਲੇਰ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਜਿਹੜੀ ਕੰਪਲੇਂਟ ਹੈਗੀ ਆ ਉਹ ਦਿੱਲੀ ਤੱਕ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਹਰਿੰਦਰ ਦੇ ਨਾਲ ਮਨੀਸ਼ ਕੁਮਾਰ ਦੀ।